ਆ, ਵਿੱਚੋਂ ਸੈਂਸਰ ਇਹਨਾਂ ਨੇ ਸਹੀ ਕਰਨੇ ਹੁੰਦੇ ਆ ਜੇ ਮਾੜੀ ਮੋਟੀ ਟੇਢੀ ਵਿੰਗ ਲੱਗ ਗਈ, ਹਾਂ ਜਮਾ ਸਿੱਧਾ ਹੋ ਕੇ ਫੇਰ ਚੱਲੂਗਾ ਇਹ। ਅੱਛਾ, ਇਹ ਨਹੀਂ ਹੈਗਾ ਵੀ ਤਰਪਾਲੀ ਟੇਢੀ ਲੱਗ ਗਈ ਤੇ ਲੇਬਰ ਟੇਢਾ ਟੇਢਾ ਲੱਗ ਗਿਆ। ਹਾਂ ਹਾਂ ਹਾਂਜੀ ਬਾਈ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਆਪਣਾ ਹੋ ਗਿਆ ਲੇਜਰ ਖਰਾਬ, ਤਕਨੀਕੀ ਨੁਕਸ ਆ ਗਿਆ ਤਾਂ ਜੀ ਲੋਟ ਕਰਾਉਣਾ ਹੈ ਆਪਣੇ ਭਰਾ ਕੋਲ, ਕਿਸਾਨ ਲੇਜਰ ਰਿਪੇਅਰ, ਜਗਤਾਰ ਸਿੰਘ ਬਾਗਾ ਭੈਣੀ ਮੁੰਡਾ। ਬੜਾ ਨੰਬਰ 'ਤੇ ਸਰਚ ਜੂ ਮਾਰ, ਆਹ ਨੰਬਰ ਆ ਬਾਈ ਦਾ, ਠੀਕ ਆ। ਅਤੇ ਥੱਲੇ ਲਿਆ ਹੁਣ ਮਾੜਾ ਜਿਹਾ। ਅਤੇ ਪਹਿਲੀ ਗੱਲ ਤਾਂ ਯਾਰ ਬਾਈ ਨੂੰ ਸਲਾਮ ਆ, ਝੋਟੇ ਦੀ ਫੋਟੋ ਲਾਈ ਹੋਈ ਆ, ਆਹ ਦੇਖੋ। ਅਤੇ ਬਾਈ ਨੇ ਬਣਾ ਕੇ ਇੱਕ ਨੰਬਰ ਕੰਮ ਕੀਤਾ ਹੋਇਆ, ਬਾਈ ਸਿੱਧੂ ਦੀ ਆਪਣੇ ਭਰਾ ਦੀ ਫੋਟੋ ਲਾਈ ਹੋਈ ਆ, ਸਭ ਤੋਂ ਵੱਡੀ ਗੱਲ ਇਹ ਆ। ਅਤੇ ਬਾਈ ਆਪਣਾ ਭਰਾ ਗਾ, ਇਹਦੇ ਨਾਲ ਆਪਣਾ 2015 ਤੋਂ ਮੋਹ ਪ੍ਰੇਮ, ਆਪਾਂ ਇਹ ਤੋਂ ਕਰਾਹਾਂ ਦਾ ਕੰਮ ਧੰਦਾ ਕਰਾਉਂਦੇ ਆਏ ਹਾਂ ਅਤੇ ਅੱਜ ਵੀ ਕਰਾਉਣਾ ਆ। ਅਤੇ ਬਹੁਤ ਵਧੀਆ ਕੰਮ ਬਾਈ ਤਸੱਲੀ ਬਖਸ਼ ਕਰਦਾ, ਆਪਣੀ ਗਰੰਟੀ ਹੋਊਗੀ। ਪਿੰਡ ਬਾਘਾ ਪੈਣੀ ਜਗਤਾਰ ਆ ਬਾਈ, ਅਤੇ ਨੰਬਰ ਆ ਤੁਹਾਨੂੰ ਦੱਸ ਦਿੰਦਾ ਦੁਬਾਰੇ, 9988842438 ਇਹ ਨੰਬਰ ਆ। ਅਤੇ ਬਾਕੀ ਆ ਜਾਓ, ਤੁਹਾਨੂੰ ਅੰਦਰ ਦਿਖਾਉਂਦੇ ਹਾਂ। ਅਤੇ ਆਹ ਦੇਖੋ, ਇੱਧਰ ਰਾਣਾ ਸੂਹੀ ਬੈਠਾ ਸਾਡਾ, ਅਤੇ ਇੱਕ ਬਾਈ ਇੱਧਰ ਵੀ ਆਇਆ ਬੈਠੇ, ਦੇਣਾ ਵੀ ਗੱਲਬਾਤ ਕਰਾਵਾਂਗੇ, ਉਹ ਖੋਲ੍ਹੀ ਪਿਆ ਗਾ। ਦੱਸ ਨਹੀਂ ਵੀ ਕੀ ਨਾ, ਉਹ ਤੂੰ ਐਂ ਕਹਿੰਦੀ ਵੀ ਤੂੰ ਕੈਮਰੇ ਕਿ ਨਹੀਂ ਝਾਕ ਤੂੰ ਐਂ ਕਰ ਵੀ ਮੇਰੇ ਨਾਲ ਗੱਲਾਂ ਕਰ। ਆਪਣੇ ਭਰਾ ਜਗਤਾਰ ਕੋਲ ਹੈ ਜੀ, ਬਾਘਾ ਭੈਣੀ ਤਾਮਕੋਟ ਰੋਡ ਦੇ ਉੱਤੇ ਬਾਈ ਦਾ ਸ਼ੋਪ ਆ ਕੰਪਿਊਟਰ ਕਰਾਹ ਲੋਡ ਕਰਨ ਦੀ। ਅਤੇ ਆਪਣੇ ਵਾਲੇ ਕਰਾਹ ਦੇ ਵਿੱਚ ਨਜਾਇਜ਼ ਗਰਮੀ ਲਾ ਲਓ, ਠੀਕ ਆ, ਜਾਂ ਮੰਨ ਕੇ ਚੱਲਿਆ ਬਹੁਤ ਜ਼ਿਆਦਾ, ਉਹਦੇ ਕਰਕੇ ਥੋੜ੍ਹੀ ਜਿਹੀ ਤਕਨੀਕੀ ਕੱਜ ਛੋਟੀ ਜਿਹੀ ਦਿੱਕਤ ਆ ਗਈ, ਛੋਟੀ ਵੱਡੀ ਇਹ ਬਾਈ ਨੂੰ ਪਤਾ ਗਾ। ਅਤੇ ਆਹ ਦੇਖੋ, ਤੁਹਾਨੂੰ ਦਿਖਾਉਂਦਾ ਮੈਂ, ਤਿੰਨੇ ਬੱਤੀਆਂ ਮਾਰ ਰਿਹਾ ਜਮਾ ਹੈ ਬਿਲਕੁਲ। ਅਤੇ ਹੁਣ ਇਹਨੂੰ ਖੋਲ੍ਹਾਂਗੇ, ਠੀਕ ਹੈ ਨਾ, ਖੋਲ੍ਹ ਕੇ ਤੁਹਾਨੂੰ ਸਾਰਾ ਦਿਖਾਵਾਂਗੇ। ਅਤੇ ਐਂਡ ਤੱਕ ਦੇਖੀ ਚੱਲਿਓ, ਬਾਈ ਬਹੁਤ ਵਧੀਆ ਕੰਮ ਕਰਦਾ, ਬਾਘਾ ਪੈਣੀ, ਠੀਕ ਹੈ ਨਾ, ਬਾਘਾ ਪੈਣੀ ਤਾਮਕੋਟ ਵਾਲਾ ਜੇਲ੍ਹ ਰੋਡ ਵੱਜਦਾ ਨਾ, ਜੇਲ੍ਹ ਰੋਡ ਦੇ ਉੱਤੇ ਆ। ਅਤੇ ਆਹ ਤੁਸੀਂ ਦਿਖਾਈ ਇਹਨਾਂ ਨੇ ਮਾੜਾ ਜਿਹਾ, ਆਹ ਕੰਮ ਕਰਨ ਲੱਗ ਗਏ, ਕਾਹਦੇ ਖਾਤਰ ਮਾਰਦਾ ਬਾਈ ਇਹ, ਕੀ ਜਿਸ ਤੇਰੇ ਹੱਥ 'ਚ ਕੀ ਸਾਬ ਵਿੱਚੋਂ ਮੰਨ ਲਓ ਖਰਾਬੀ ਆ ਗਈ, ਤਕਨੀਕੀ ਖਰਾਬੀ ਆ ਗਈ, ਉਹਦਾ ਕਰਕੇ ਮਾਰ। ਹਾਂ, ਇਹ ਚੱਕਰ ਵੀ ਨਹੀਂ ਪਾਉਂਦਾ, ਇੱਕ ਵਾਰੀ ਜਦੋਂ ਮੰਨ ਲਓ ਇਹਦਾ ਸੌਫਟਵੇਅਰ ਆ ਜਦੋਂ ਕਰਦੇ ਆ, ਘੁੰਮਦਾ ਵੀ ਹੈ ਨਹੀਂ, ਘੁੰਮਦਾ ਵੀ ਹੈ ਨਹੀਂ। ਅਤੇ ਹੁਣ ਤੁਹਾਡੇ ਸਾਹਮਣੇ ਖੋਲ੍ਹਾਂਗੇ ਸਾਰਾ, ਖੋਲ੍ਹ ਕੇ ਦਿਖਾਵਾਂਗੇ, ਅਤੇ ਐਂਡ ਤੱਕ ਬਲੌਗ ਦੇਖੀ ਚੱਲਿਓ। ਧੰਨਵਾਦ, ਕੱਟ ਦੇ। ਲਓ ਜੀ ਬਾਈ ਜੀ, ਆਹ ਟਰਾਂਸਮੀਟਰ 810 ਅਲੈਕਾ ਦਾ, ਅਤੇ ਜਿਹੜਾ ਮੰਨ ਕੇ ਚੱਲ, ਆਹ ਦੇਖੋ ਆਹ ਮੋਟਰਾਂ ਗੀਆਂ ਦੋ, ਇੱਕ ਆਹ ਮੋਟਰ ਆ ਅਤੇ ਇੱਕ ਉਹ ਮੋਟਰ ਆ, ਉਹ ਸੀਗੀ, ਆਹ ਦੋਵੇਂ ਮੋਟਰਾਂ ਗੀਆਂ, ਆਹ ਦੇਖੋ ਆਹ ਮੋਟਰ ਆ ਅਤੇ ਇੱਕ ਉਹ ਮੋਟਰ ਆ, ਇਹ ਆਹ ਚੀਜ਼ ਨੂੰ ਘੁੰਮਾਉਂਦੀਆਂ ਹੁੰਦੀਆਂ ਜੀਆਂ, ਆਹ ਸੀ ਤੁਹਾਨੂੰ ਮੈਂ ਦਿਖਾਉਂਦਾ ਜ਼ੂਮ ਕਰਕੇ ਮੈਂ, ਆਹ ਸਾਰਾ ਸਿਸਟਮ ਆ ਗਿਆ ਤੁਹਾਨੂੰ ਅੱਜ ਵਿਚਾਲੋਂ ਦਿਖਾਉਂਦੇ ਹਾਂ, ਲੈਕਾ 810 ਸੈੱਟ ਦਾ। ਅਤੇ ਆਹ ਉਹ ਲੈਂਜਜ ਆ ਗਿਆ, ਦੇਖਿਓ ਹੌਲੀ ਜੀ, ਆਹ ਉਹ ਲੈਂਜਜ ਆ ਗਿਆ, ਆਹ ਉਹ ਲੈਂਜ ਆ ਗਿਆ ਜਿਹੜਾ ਚੱਕਰ ਜਿਹਾ ਮਾਰਦਾ ਹੁੰਦਾ ਗਾ। ਅਤੇ ਆਹ ਇਹਦੇ ਥੱਲੇ ਲੱਗਦੀ ਮਿਸਤਰੀ ਨਾਲ ਲੱਗਦੀ ਆ, ਆਹ ਦੇਖੋ ਸਾਰਾ, ਕੋਈ ਬਾਹਲਾ ਵੱਡਾ ਕੰਮ ਤਾਂ ਹੈ ਨਹੀਂ ਪਰ ਬਰੀਕੀ ਵੀ ਬਹੁਤ ਆ। ਅਤੇ ਆਹ ਨਾਠ ਡਿੱਗਦੇ ਆ, ਅੱਜ ਪਹਿਲੀ ਵਾਰ ਸੈੱਟ ਖੋਲ੍ਹਿਆ, ਲਾਲ ਉਹ ਲੱਗੇ ਹੋਏ ਆ। ਅਤੇ ਆਹ ਗਾ ਆਹ ਚੀਜ਼ ਵੱਜਦੀ ਹੁੰਦੀ ਆ ਤਾਹਾਂ ਤੋਂ, ਜਿਹੜੀ ਬੱਤੀ ਮਾਰ ਦਿੰਦੀ ਆ ਗੋਲ। ਤੁਹਾਨੂੰ ਸਾਰੇ ਗ੍ਰਾਹ ਦੀ ਵਿੱਚੋਂ ਜਾਣਕਾਰੀ ਦੇਵਾਂ, ਕਿਸੇ ਭਰਾਣੇ ਤੱਕ ਦਿੱਤੀ ਨਹੀਂ ਹੋਊ, ਕਿਉਂਕਿ ਬਾਈ ਦੁਕਾਨ ਦੇ ਅੰਦਰ ਕਿਸੇ ਨੂੰ ਕੋਈ ਵੜਦੀ ਨਹੀਂ ਵੜਦਾ ਨਾ, ਫਿਰ ਅੱਜ ਤੁਹਾਨੂੰ ਇਕੱਲੀ ਇਕੱਲੀ। ਲਓ ਜੀ, ਆਹ ਪਿਆ ਗਿਆ ਕੰਪਿਊਟਰ ਕਰਾਹ ਵਾਲਾ ਟੋਪਾ ਜਿਹਾ, ਉਹ ਪਿਆ ਗਿਆ ਅਤੇ ਬਾਈ ਨੇ ਖੋਲ੍ਹ ਕੇ ਨਾ ਟੋਕਰੇ 'ਚ ਪਾਤਾ ਸਾਰਾ, ਤੁਸੀਂ ਦੇਖ ਸਕਦੇ ਹੋ, ਇਕੱਲੇ ਇਕੱਲੇ ਨਾੜ ਖਿਲਾਰ ਅਤੇ ਇਕੱਲਾ ਇਕੱਲਾ ਪੁਰਜਾ ਖਿਲਾਰਤਾ। ਅਤੇ ਆਹੀ ਚੀਜ਼ ਹੁੰਦੀ ਹੈ ਕਰਾਹ ਦੇ ਵਿੱਚ, ਆਹ ਪਿਆ ਟੋਪਾ, ਆਹ ਪਿਆ ਖਾਲੀ ਕਰਿਆ, ਦੇਖੋ ਇਹਦੇ ਵਿੱਚ ਕੁਛ ਨਹੀਂ ਹੈਗਾ ਜਮਾਂ, ਹਜੇ ਰੇਤਾ ਤਾਂ ਮਾੜਾ ਮੋਟਾ ਵੜ ਵੁੜ ਗਿਆ ਵਿੱਚ, ਜਮਾਂ ਸਾਫ਼ ਕਰਤਾ ਜਿਵੇਂ ਕਹਿ ਦਿਓ।
ਲਓ ਮਿੱਤਰੋ, ਅੱਜ ਤੱਕ ਤੁਹਾਨੂੰ ਕਿਤੇ ਵੀ ਕਿਸੇ ਨੇ ਕੰਪਿਊਟਰ ਕਰਾ ਨਹੀਂ ਦਿਖਾਇਆ ਹੋਣਾ, ਵਿੱਚੋਂ ਖੋਲਿਆ ਤੁਹਾਨੂੰ ਅੱਜ ਸਾਰਾ ਦਿਖਾਤਾ, ਅਤੇ ਤੁਹਾਨੂੰ ਐਂਡ ਤੱਕ ਵੀ ਦਿਖਾਵਾਂਗੇ ਵੀਡੀਓ, ਦੇਖੀ ਜਾਓ, ਚੰਗੀ ਲੱਗੀ ਸ਼ੇਅਰ ਕਰਿਓ, ਵੀ ਜਾਣਕਾਰੀ ਦੇ ਰਿਹਾ ਤੁਹਾਨੂੰ ਸੈੱਟਾਂ ਬਾਰੇ, ਵੀ ਦੇਖੋ ਆਹੀ ਚੀਜ਼ਾਂ ਗੀਆਂ ਸਾਰੀਆਂ, ਆਹ ਦੇਖੋ ਬਰੀਕੀ ਨਾਲ ਵੇਖ ਲਓ, ਆਹ ਰੀੜ੍ਹ ਗਈ, ਆਹ ਰੀੜ੍ਹ ਗਈ, ਆਹੀ ਚੀਜ਼ਾਂ ਇਹਦੇ ਵਿੱਚ, ਅਤੇ ਅਲੈਕਾ ਦਾ 810 ਸੈੱਟ ਹੈ ਇਹ, ਆਹ ਦੇਖੋ, ਅਤੇ ਕਾਰੀਗਰੀ ਕਰੀ ਆ ਬੰਦੇ ਨੇ, ਆਪਣੇ ਸਾਹਮਣੇ ਕਰੀ ਆ ਜਾਵਾਂ, ਪਰ ਆਪਾਂ ਵੀ ਕੁਛ ਪੜ੍ਹਦੇ ਰੱਖਣੇ ਪੈਂਦੇ ਹੁੰਦੇ ਆ, ਉਹ ਦੱਸ ਨਹੀਂ ਸਕਦੇ, ਪਰ ਕੰਮ ਬਹੁਤ ਸਰੀ ਵਾਲਾ ਕਰਾ ਦਾ ਮਿਸਤਰੀ ਸਾਹਿਬ ਜਗਤਾਰ ਸਿੰਘ ਬਾਘਾ ਭੈਣੀ, ਅਤੇ ਨੰਬਰ 99 8 82 42 4 38, ਅਤੇ ਇੱਧਰ ਕਾ ਸੈੱਟ ਚੱਲੀਆਂ ਦੇਖੋ, ਟਰਾਈ 'ਤੇ ਲਾਇਆ ਹੋਇਆ, ਆਹ ਖੋਲ ਖੋਲ ਧਰੇ ਪਏ ਆ ਸਾਰੇ, ਕੰਮ ਕਰੀ ਜਾਂਦਾ ਬਾਈ, ਹੁਣ ਵੀ ਇੱਕ ਗਾਹਕ ਤੋਰ ਕੇ ਅਤੇ ਇੱਕ ਹਰਿਆਣੇ ਚੱਲੇ ਹੋਏ, ਬਾਕੀ ਕਿਸੇ ਨੂੰ ਵੀ ਕੈਲੀਬਰੇਸ਼ਨਾਂ ਸੈੱਟ ਕਰਾਉਣੀਆਂ ਹੈਗੀਆਂ, ਅਤੇ ਆਹ ਦੇਖੋ ਜੀ ਅਲੈਕਾ ਵਾਲਿਆਂ ਦੀ ਦੌਰਾ ਬੀਨ ਲੱਗੀ ਹੋਈ ਹੈ, ਇਹ ਕਿੰਨੇ ਕਿੰਨੀ ਵਾਟ ਤੋਂ ਦਿਖਾਉਣ ਦੀ ਜਗਤਾਰ ਬਾਈ, ਇਹ ਚੱਕੋ ਜੀ ਕਰਤਾ ਮੂਧਾ ਪਾ ਤਾ ਵਿੱਚ, ਆ ਗਿਆ ਥੱਲੜੇ ਪਾਸੇ, ਤੁਹਾਨੂੰ ਦਿਖਾਉਂਦੇ ਸੀਸੇ ਦਿਖਾਵਾਂ ਤੁਹਾਨੂੰ, ਲਓ ਜੀ ਦਰਤਾ ਚ ਕੱਢਾ ਵਿੱਚ, ਸੀਸਾ ਸਾਫ਼ ਕਰਨਾ ਜੀ ਵਿੱਚੋਂ ਮਾੜਾ ਜਿਹਾ ਕਿ ਨਹੀਂ ਹੈਗਾ, ਦੇ ਅੰਦਰ ਆ ਕੇ ਬਾਹਰ ਆ ਮਿਸਤਰੀ ਜੀ, ਜਿਹੜੀ ਆਹ ਚੀਜ਼ ਆ ਇਹਦੇ ਬਾਰੇ ਜਾਣਕਾਰੀ ਦਿਓ, ਨਟ ਜੀ ਕਾਹਦੇ ਬਾਰੇ ਆ, ਆਹ ਨਟ ਜੀ ਕਿਹੜੇ ਵਾਲੇ ਆ, ਇਹ ਮੋਟਰਾਂ ਨੇ ਬਾਈ ਜੀ, ਮੋਟਰਾਂ ਨੇ ਇਹ, ਲੈਵਲ ਮੋਟਰਾਂ, ਅੱਛਾ, ਇਹਨੂੰ ਆਟੋ 'ਚ ਇਹੀ ਸਿੱਧਾ ਕਰਦੀਆਂ, ਮੰਨ ਲਓ ਅੱਛਾ ਜਦੋਂ ਆਪਾਂ ਲਾ ਦਿੰਦੇ ਹਾਂ ਜੇ ਟੇਢਾ ਲੱਗ ਗਿਆ, ਇਹੀ ਇਹਨੂੰ ਲੈਵਲ 'ਚ ਕਰਕੇ ਸਿੱਧਾ ਕਰਕੇ ਚਲਾਉਣਗੇ, ਅੱਛਾ ਵੀ ਜੇ ਆਪਾਂ ਮੰਨ ਕੇ ਚੱਲੋ ਵੀ ਇਹਨੂੰ ਟੇਢਾ ਪਿੰਗਾ ਲੱਗ ਜਾਂਦਾ, ਬਾਕੀ ਇਹਦਾ ਪਾਰਾ ਦਿੱਤਾ ਹੋਇਆ ਹੈਗਾ, ਪਾਰੇ ਹਿਸਾਬ ਨਾਲ ਲਾਉਂਦੇ ਹਾਂ, ਵਿੱਚੋਂ ਸੈਂਸਰ ਇਹਨਾਂ ਨੇ ਸਹੀ ਕਰਨੇ ਹੁੰਦੇ ਆ, ਜੇ ਮਾੜੀ ਮੋਟੀ, ਹਾਂ ਜਮਾਂ ਸਿੱਧਾ ਹੋ ਕੇ ਫਿਰ ਚੱਲੂਗਾ ਇਹ, ਅੱਛਾ ਇਹ ਨਹੀਂ ਹੈਗਾ ਵੀ ਤਰਪਾਲੀ ਟੇਢੀ ਲੱਗ ਗਈ ਤੇ ਲੇਬਲ ਟੇਢਾ ਟੇਢਾ ਨਹੀਂ ਲੱਗ ਗਿਆ, ਹਾਂ ਹਾਂ ਇਹਨਾਂ ਤੋਂ ਹੀ ਸਿੱਧਾ ਹੋਊਗਾ, ਇਹ ਇਹਨਾਂ ਤੋਂ ਸਿੱਧਾ ਹੋਊਗਾ, ਹਾਂ ਹਾਂ ਠੀਕ, ਰਾਣਾ ਕਹਿੰਦਾ ਉਹ ਟਾਈਮ 'ਚ ਜਿਵੇਂ ਦਿੱਲੀ ਏਅਰਪੋਰਟ 'ਤੇ ਚੜ੍ਹਨਾ ਹੁੰਦਾ ਹੈ, ਓਏ ਕਿਵੇਂ ਟਾਇਰ ਲੱਗਿਆ ਦੇਖ, ਆ ਟਾਇਰ ਲੱਗਿਆ ਥੱਲੇ ਆ ਦੇਖੋ, ਦੂਰ ਵਹਿ ਜਾਂਦੇ ਆ, ਕਦੇ ਤਾਹਾਂ ਚੱਕਿਆ ਜਾਂਦਾ, ਕਦੇ ਥੱਲੇ ਬਹਿ ਜਾਂਦਾ, ਤੇ ਹੁਣ ਬਾਈ ਕੋਲੇ ਆਪਣਾ ਬਾਈ ਨਾਲ ਪਹਿਲਾਂ ਦੀ ਗੱਲਬਾਤ ਆ, ਕਿੰਨੇ ਚਿਰ ਤੋਂ ਬਾਈ ਕੋਲੇ, ਬਾਈ ਕੋਲੇ ਮੈਨੂੰ 2 ਸਾਲ ਹੋ ਗਏ ਜੀ, 2 ਸਾਲ ਹੋ ਗਏ, ਹਾਂਜੀ, ਬੰਦਾ ਘੰਟਾ ਜਮਾ ਪੂਰਾ ਜਮਾ ਇੱਕ ਨੰਬਰ ਆ, ਜਦੋਂ ਆਪਾਂ ਆ ਗਏ ਫਿਰ ਘੰਟਾ ਜਮਾ ਪੂਰਾ, ਮੈਨੂੰ ਕਹਿੰਦਾ ਤੂੰ ਆ ਜਾ ਤੇਰਾ ਕੰਮ ਪਹਿਲੀ ਆ ਜਾ, ਠੀਕ ਆ ਠੀਕ ਆ, ਆ ਪਿਆ ਭਾਈ, ਓਕੇ ਜਮਾ, ਓਕੇ ਓਕੇ, ਗਰੰਟੀ ਆ ਜਮਾ, ਜਮਾ ਓਕੇ, ਮੈਂ ਵੀ ਲੋਕਾਂ ਤੋਂ ਗਰੰਟੀ ਲੈਂਦੀ ਆ ਵੀ ਕੰਮ ਸਹੀ ਕਰਦਾ ਬੰਦਾ, ਕੋਈ ਚੱਕਰ ਹੀ ਨਹੀਂ, ਲਾਂਭਾ ਨਹੀਂ ਆਉਂਦਾ, ਲਾਂਭਾ ਨਹੀਂ ਆਉਂਦਾ, ਇਹ ਕੈਲੀਬ੍ਰੇਸ਼ਨਾਂ ਕਰੀ ਜਾਂਦੇ ਜੀ, ਓਕੇ ਕੰਮ ਜਮਾ, ਆਹ ਕਰਤਾ ਸੈੱਟ ਆਪਣਾ ਜਗਾੜ, ਅਤੇ ਇੱਧਰ ਦਿਖਾਉਂਦਾ ਹੈਗਾ 30, ਦੂਜੀ ਸਾਈਡ ਦਿਖਾਇਓ ਜੀ, ਅਤੇ ਜਿਹੜਾ ਆਹ ਕੱਛੂ ਜਿਹਾ ਲਾਇਆ ਨਾ, ਇਹ ਸਾਢੇ ਤਿੰਨ, ਸਾਢੇ ਤਿੰਨ ਕਿੱਲੇ ਵਾਹੀ ਲਾ ਲਓ, ਚੱਲ ਸਾਢੇ ਤਿੰਨ ਕਿੱਲੇ ਵਾਹੀ ਦੂਰ ਆ ਕਰਾ, ਵੀ ਹੁਣ ਦੱਸ ਦੂ ਵੀ ਕਿੰਨੀ ਢਾਲ ਦਿੰਦਾ ਕਿ ਨਹੀਂ ਦਿੰਦਾ, ਅਤੇ ਉਹ ਸਾਈਡ ਪਰਲੀ ਸਾਈਡ ਦੇਖੀਏ ਪਹਿਲਾਂ ਆਪਾਂ, ਅਤੇ ਹੁਣ ਉਰਲੀ ਸਾਈਡ ਵੇਖਦੇ ਹਾਂ ਕਿੰਨੀ ਹੈ, ਲਓ ਜੀ, ਅਤੇ ਇੱਧਰਲੇ ਪਾਸੇ ਆਹ ਖਿੱਚ ਲਿਆ 33 ਦਿਖਾਈ ਜਾਂਦਾ ਜੀ, 30 ਆ ਗਿਆ, ਦੂਜਾ ਪਾਸਾ ਵੀ 30 ਆ ਗਿਆ, ਪੂਰਾ 30 ਜਮਾਂ ਬਿਲਕੁਲ 30।